चोला साहिब गुरुद्वारा पहली बार जाना हुआ और वहाँ पे एक बहुत ही महान शख्सियत, बहुत ही प्यारी रूह को मुझे मिलने का मौका मिला कि आज से भी वो गुरु नानक देव जी का पैगाम और प्यार जो है सारी संगत के साथ बांट रहे हैं। नाम तेरो आरती हर भोग तुम्हारे तू प्रदीप कृत साद आरती आज कर मान रे सुन।
श्री चोला साहब डेरा बाबा नानक गुरु नानक दरबार साहब स्थान बाबा श्री चंद उर्मू टांडा विखे डिस्पेंसरी का खास प्रबंध है जिसे कि हर सोमवार 12 बजे से लेकर 4 बजे तक फ्री ऑफ कॉस्ट विच चेकअप किया जाता है मेडिसिन दी जाती है जिन्हें सांस संगत ने फ्री ऑफ कॉस्ट विच चेकअप करवाना हो या फिर मेडिसिन लेनी हो इस सुविधा का फायदा उठा सकते हैं। महापुरुष जी ने गल करते हैं जो स्पेशल ऋषिकेश तो आए हैं। हाँ जी बाबा जी,
जी सबसे पहले तो जी आया नो सारी संगत नो और सब पे गुरु नानक देव जी की ब्लेसिंग बरसते रहे, सब पे कृपा होती रहे। कुछ समय पहले मुझे सौभाग्य प्राप्त हुआ डेरा बाबा नानक विजिट करने का और वहाँ पे चोला साहिब गुरुद्वारा पहली बार जाना हुआ और वहाँ पे एक बहुत ही महान शख्सियत, बहुत ही प्यारी रूह को मुझे मिलने का मौका मिला बाबा जी से और एक मिलन हुआ रूह से रूह का और एक मोहब्बत और एक प्यार का पैगाम दोनों के बीच में घटित हुआ और मुझे लगा कि ऐसी रूह से बार बार मिलना चाहिए जिनके ऊपर गुरु नानक देव जी की, बाबा श्री चंद जी की विशेष कृपा है और उनके वंशज होने के नाते हमारा सौभाग्य है कि आज से भी वो गुरु नानक देव जी का पैगाम और प्यार जो है सारी संगत के साथ बांट रहे हैं। तो मुझे वैसे तो मेरे आज के कई प्रोग्राम में मुझे जाना था लेकिन अंदर से आवाज़ आई कि क्यों ना आज जो है गुरु पूर्णिमा के दिन मैं यहाँ पे पहुँचूँ और मैंने बाबा जी से बात की और उन्होंने कहा कि आप तो आ ही जाइए और मेरा सौभाग्य है कि आज सब संगत के साथ मुझे ये दिन बांटने का मौका मिलेगा, प्रेम का पैगाम, प्यार का पैगाम सबके साथ कीर्तन में बैठने का मौका मिलेगा। तो एक बार फिर से मैं पूरी संगत को हाथ जोड़कर प्रणाम करता हूँ और वाहेगुरु जी के खालसा वाहेगुरु। ਤੁਸੀਂ ਦੇਖ ਰਹੇ ਪਬਲਿਕ ਸਪੋਨ ਨਿਊਜ਼ ਫੋਕਸ ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ। ਅੱਜ ਅਸੀਂ ਪਹੁੰਚ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਮਿਆਣੀ ਰੋਡ ਤੇ ਸਥਿਤ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਗੁਰੂ ਨਾਨਕ ਦਰਬਾਰ ਤਪ ਸਥਾਨ ਬਾਬਾ ਸ਼੍ਰੀ ਚੰਦ ਉੜਮੋ ਟਾਂਡਾ ਵਿਖੇ, ਜਿੱਥੇ ਕਿ ਅੱਜ ਪੂਰਨਮਾਸ਼ੀ ਦਾ ਦਿਹਾੜਾ ਬੜੇ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਦੂਰੋਂ ਨੇੜਿਓਂ ਸੰਗਤਾਂ ਹੁਮ ਹੁਮ ਆ ਕੇ ਪਹੁੰਚੀਆਂ ਸਨ। ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸਹਿਜ ਪਾਠ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਸੰਗਤਾਂ ਦੇ ਲਈ ਚਾਹ ਪਕੌੜਿਆਂ ਅਤੇ ਗੁਰ ਕਾ ਲੰਗਰ ਅਟੁੱਟ ਵਰਤਾਇਆ ਗਿਆ। ਬਸ ਗੱਲ ਕਰਦੇ ਹਾਂ ਬਾਬਾ ਸੁਖਦੇਵ ਸਿੰਘ ਬੇਦੀ ਜੀ ਦੇ ਨਾਲ, ਤਾਂ ਉਹਨਾਂ ਨੂੰ ਪੁੱਛਦੇ ਕਿ ਅੱਜ ਦੇ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਤੇ ਸਭ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ। ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੇਸਾਂ ਵਿਦੇਸਾਂ ਚ ਜੁੜ ਬੈਠੇ ਗੁਰੂ ਨਾਨਕ ਨਾਮ ਲੈ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਸੁਭਾਗ ਭਰਿਆ ਦਿਨ ਹੈ ਕਿ ਜੋ ਹਰ ਮਹੀਨੇ ਅਸੀਂ ਪੂਰਨਮਾਸ਼ੀ ਦਾ ਪੁੱਤਰ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜੋਤ ਚ ਜੁੜ ਬੈਠ ਕੇ ਅਸੀਂ ਮਨਾਉਂਦੇ ਹਾਂ। ਅੱਜ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਅੱਤ ਦੀ ਗਰਮੀ ਵਿੱਚ ਇਹ ਦਿਨ ਮਨਾਉਣ ਵਾਸਤੇ ਬੜੀ ਸ਼ਰਧਾ ਭਾਵਨਾ ਨਾਲ ਪਹੁੰਚੇ। ਮੈਂ ਅਰਦਾਸ ਕਰਦਾ ਹਾਂ ਗੁਰੂ ਨਾਨਕ ਸਾਹਿਬ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਚਰਨਾਂ 'ਚ ਕਿ ਉਹ ਆਈਆਂ ਹੋਈਆਂ ਸੰਗਤਾਂ ਦੀਆਂ ਮੁਰਾਦਾਂ ਪੂਰੀਆਂ ਕਰਨ, ਉਹਨਾਂ ਦਾ ਇੱਕ ਇੱਕ ਕਦਮ ਮੁਬਾਰਕ ਕਦਮ, ਉਹਨਾਂ ਦਾ ਇੱਕ ਇੱਕ ਕਦਮ ਜਿਹੜਾ ਉਹ ਚੱਲ ਕੇ ਆਈਆਂ ਨੇ ਸਿਰ ਮੱਥੇ 'ਤੇ ਹੈ। ਅਰਦਾਸ ਹੈ ਕਿ ਉਹ ਸਭ ਆਪਣੀ ਮਨੋਕਾਮਨਾ ਪੂਰੀਆਂ ਕਰਨ। ਅੱਜ ਬੜੇ ਸੁਭਾਗ ਨਾਲ ਇਹ ਗੱਲ ਮੈਂ ਕਹਿਣ ਜਾ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸਭੇ ਸਾਂਝੀ ਵਾਲਤਾ ਦਾ ਸੀ। ਉਹਦੇ ਵਿੱਚ ਸਾਰੇ ਨਿਰਮਲੇ ਉਦਾਸੀ ਮਹਾਂਪੁਰਸ਼ ਰਿਸ਼ੀਆਂ ਮੁਨੀਆਂ ਅਵਤਾਰਾਂ ਨੂੰ ਇੱਕ ਲੜੀ 'ਚ ਪਰੋਇਆ ਜਾਂਦਾ ਸੀ। ਭਾਰਤ ਰਿਸ਼ੀਆਂ ਮੁਨੀਆਂ ਅਵਤਾਰਾਂ ਪੈਗੰਬਰਾਂ ਦੀ ਧਰਤੀ ਹੈ। ਇੱਥੇ ਕਈ ਸੰਤ ਮਹਾਂਪੁਰਸ਼ ਆਏ ਔਰ ਆਪਣੇ ਉਪਦੇਸ਼ ਦੇ ਕੇ ਸੰਸਾਰੀ ਯਾਤਰਾ ਪੂਰੀ ਕਰਕੇ ਚਲੇ ਗਏ। ਗੁਰੂ ਨਾਨਕ ਸਾਹਿਬ ਦੀ ਉਪਦੇਸ਼ ਮਾਨਸ ਕੀ ਜਾਤ ਸਮੇਤ ਕੀ ਪਹਿਚਾਨੋ ਅਵਲ ਲੱਲਾ ਨੂਰ ਪਾਇਆ ਕੁਦਰਤ ਦੇ ਸੰਬੰਧੀ ਇੱਕ ਮੂਰਤ ਤੇ ਸਭ ਜਾ ਕੇ ਆਪਣੇ ਕੋ ਮਿਲਦੇ। ਖੁਸ਼ੀ ਦਾ ਮੌਕਾ ਹੈ ਕਿ ਸ੍ਰੀ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜਦੋਂ ਨੀਂਹ ਪੱਥਰ ਰੱਖਿਆ ਸੀ ਤੇ ਸਾਈ ਮੀਆਂ ਮੀਰ ਜੀ ਸਾਹਿਬ ਕੋਲ ਰਖਾਇਆ ਸੀ। ਉਹ ਕਿੰਨੇ ਮਹਾਂਪੁਰਸ਼ ਹੋਣਗੇ ਕਿ ਉਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਲਾਹੌਰ ਤੋਂ ਬੁਲਾਇਆ ਔਰ ਉਹਨਾਂ ਦਾ ਬੜਾ ਸਤਿਕਾਰ ਕੀਤਾ ਤੇ ਇਹ ਮਾਨ ਬਖਸ਼ਿਆ। ਮੈਂ ਮਹਿਸੂਸ ਕਰਦਾ ਕਿ ਅੱਜ ਜੋ ਵਰਲਡ ਕ੍ਰਾਈਸਿਸ ਦਾ ਦੌਰ ਚੱਲ ਰਿਹਾ, ਹਰ ਜਗ੍ਹਾ ਹਫੜਾ ਦਫੜੀ ਲੜਾਈ ਝਗੜਿਆਂ ਦਾ ਮਾਹੌਲ ਪੈਦਾ ਹੋ ਚੁੱਕਾ, ਪਰ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਤੇ ਸਭੀ ਸਾਂਝੀ ਵਾਲਦਾ
ਸਾਨੂੰ ਸਾਰੇ ਧਰਮਾਂ ਦਾ ਸਾਰੇ ਧਰਮ ਗੁਰੂਆਂ ਦਾ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਨਾ ਚਾਹੀਦਾ ਤਾਂ ਹੀ ਵਿਸ਼ਵ ਸ਼ਾਂਤੀ ਹੋ ਸਕਦੀ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੁਝ ਅਰਸੇ ਤੋਂ ਬਹੁਤ ਜ਼ਿਆਦਾ ਮਹਿਸੂਸ ਹੋਈ ਹੈ। ਫਿਰ ਜੇ ਦੁੱਖ ਰਿਹਾ ਕਿ ਇੰਨੇ ਪਵਿੱਤਰ ਧਰਮ ਗ੍ਰੰਥ ਦੀ ਕਦੀ ਇਸ ਤਰ੍ਹਾਂ ਬੇਕਦਰੀ ਨਹੀਂ ਸੀ ਹੋਈ। ਦੇਸ਼ਾਂ ਦੀ ਵੰਡ ਹੋਈ, 84 ਦੇ ਦੰਗੇ ਹੋਏ, ਬੇਅੰਤ ਅਜਿਹੀਆਂ ਕਾਰਵਾਈਆਂ ਹੋਈਆਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਨੁਕਸਾਨ ਨਹੀਂ ਹੋਇਆ। ਪਰ ਅੱਜ ਦੁੱਖ ਵੀ ਕਹਿਣਾ ਪੈ ਰਿਹਾ ਇਹ ਸਿਰਫ ਤੇ ਸਿਰਫ ਇੱਕੋ ਇੱਕ ਹੈ ਕਿ ਸਾਨੂੰ ਸਭ ਦਾ ਸਤਿਕਾਰ ਕਰਾਂਗੇ, ਸਾਰੇ ਧਰਮਾਂ ਨਾਲ ਪਿਆਰ ਕਰਾਂਗੇ, ਫਿਰ ਸਾਡਾ ਵੀ ਸਤਿਕਾਰ ਤੇ ਪਿਆਰ ਹੋਏਗਾ। ਅਸੀਂ ਨਫ਼ਰਤਾਂ ਬਹੁਤ ਪਾਲੀਆਂ। ਮੈਂ ਦਿੱਲੀ ਚਾਹੁੰਦਾ ਕਿ ਅਸੀਂ ਹੁਣ ਮੁਹੱਬਤਾਂ ਪਾਲੀਏ, ਪਿਆਰ ਕਰੀਏ, ਸਾਰੇ ਧਰਮਾਂ ਦਾ ਸਤਿਕਾਰ ਕਰੀਏ, ਫਿਰ ਹੀ ਵਿਸ਼ਵ ਸ਼ਾਂਤੀ ਹੋ ਸਕਦੀ ਹੈ। ਐਸੇ ਸਾਰੇ ਵਰਲਡ ਵਿੱਚ ਬੜਾ ਹੀ ਅਜੀਬ ਜਿਹਾ ਮਾਹੌਲ ਪੈਦਾ ਹੋ ਚੁੱਕਿਆ। ਸਾਡੇ ਬੱਚੇ ਨਸ਼ੇ ਵੱਲ ਚਲੇ ਗਏ, ਕਿੰਨੇ ਦੁੱਖ ਦੀ ਗੱਲ ਹੈ। ਇਕੱਲੇ ਇਕੱਲੇ ਪੁੱਤਰ ਨੇ ਔਰ ਮਾਂ ਬਾਪ ਦਾ ਕਿੰਨਾ ਹਿਰਦਾ ਦੁਖਦਾ ਹੋਊਗਾ ਜਦੋਂ ਉਹ ਬੱਚੇ ਇਸ ਭੈੜੀਆਂ ਕੁਰੀਤਾਂ ਵਿੱਚ ਪੈ ਗਏ ਨੇ। ਸਰਕਾਰਾਂ ਨੂੰ ਬੇਨਤੀ ਹੈ ਕਿ ਉਹ ਜੋ ਵੀ ਢੁਕਦਾ ਪ੍ਰਬੰਧ ਇਸ ਕੰਮ ਵਿੱਚ ਕਰ ਸਕਦੇ ਨੇ ਅਜੇ ਜ਼ਰੂਰ ਕਰਨ, ਕਿਉਂਕਿ ਇਹ ਸਰਕਾਰਾਂ ਦੀ ਹੀ ਪੈਰਵਾਈ ਕਰਨ ਦਾ ਮੌਕਾ ਹੈ, ਆਮ ਪਬਲਿਕ ਦੇ ਅੱਗੇ ਬੇਵੱਸ ਹੈ। ਸੋ ਮੈਂ ਅਰਦਾਸ ਕਰਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਜੋ ਤੁਸੀਂ ਦੂਰੋਂ ਨੇੜੇ ਚੱਲ ਕੇ ਆਏ ਹੋ, ਤੁਹਾਡਾ ਇੱਕ ਇੱਕ ਕਦਮ ਮੁਬਾਰਕ। ਗੁਰੂ ਨਾਨਕ ਪਾਤਸ਼ਾਹ ਤੁਹਾਡੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨ। ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਸਵਾਮੀ ਜੀ ਸਾਡੇ ਕੋਲ ਪਹੁੰਚੇ ਨੇ, ਮੈਂ ਉਹਨਾਂ ਦਾ ਤਿਆਗ ਨੂੰ ਸਤਿਕਾਰ ਕਰਦਾ ਕਿ ਰਿਸ਼ੀਕੇਸ਼ ਤੋਂ ਚੱਲ ਕੇ ਅੱਜ ਪਿਆਰ ਦੀ ਇਸ ਗੰਗਾ 'ਚ ਚੁੱਭੀ ਲਾਉਣ ਆਏ ਨੇ। ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਹੈ। ਔਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਮੈਨੂੰ ਤਾਂ ਸਾਰੀਆਂ ਕੌਮਾਂ ਮਜ਼ਬਾਂ 'ਚ ਜਾਣ ਦਾ ਮੌਕਾ ਮਿਲਿਆ, ਔਰ ਮੈਂ ਤਾਂ ਦਿਲੋਂ ਸਤਿਕਾਰ ਕਰਦਾ। ਜੇ ਮੈਂ ਵੀ ਸਤਿਕਾਰ ਕਰਦਾ ਤਾਂ ਮੈਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾ ਕੇ ਹਰ ਮਜ਼ਹਬ ਕੋਲੋਂ, ਹਰ ਕੌਮ ਦੇ ਨੁਮਾਇੰਦਿਆਂ ਕੋਲੋਂ ਸਤਿਕਾਰ ਪ੍ਰਾਪਤ ਕੀਤਾ। ਸੋ ਮੈਂ ਤਾਂ ਇੱਕੋ ਗੱਲ ਜਾਣਨਾ ਕਿ ਸਤਿਕਾਰ ਕਰਾਂਗੇ ਤਾਂ ਸਤਿਕਾਰ ਮਿਲੂਗਾ ਵੀ। ਸੋ ਅਸੀਂ ਨਫ਼ਰਤ ਦੇ ਬੀਜ ਨਾ ਬੀਜੀਏ, ਮੁਹੱਬਤਾਂ ਪਾਲੀਏ, ਪਿਆਰ ਵਧਾਈਏ। ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।